ਦੁੱਖ ਤਾਂ ਉਹਨਾਂ ਦਾ ਬਹੁਤ ਜ਼ਿਆਦਾ ਜਿੰਨੀ ਜ਼ਿੰਦਗੀ 'ਚ ਉਹਨਾਂ ਨਾਲ ਜਿੰਨਾ ਮੇਰਾ ਪਿਆਰ ਸੀ ਸ਼ਾਇਦ ਹੀ ਕਿਸੇ ਦਾ ਹੋਵੇ। ਲੇਕਿਨ ਹਾਲਾਤ ਕਈ ਵਾਰੀ ਚੇਂਜ ਹੁੰਦੇ ਨੇ ਅਤੇ ਲੇਕਿਨ ਵੱਖਰੇ ਵੀ ਰਹੇ ਅਸੀਂ। ਲੇਕਿਨ ਮੈਥੋਂ ਤਾਂ ਕਦੇ ਨਾ ਕਦੇ ਪ੍ਰੈਸ ਵਾਲਿਆਂ ਨੇ ਤੁਹਾਡੇ ਵਰਗੇ ਨੇ ਇੱਦੀ ਵੀ ਗੱਲ ਕਰਾ ਲਈ ਹੋਣੀ, ਉਹਨਾਂ ਨੇ ਇੱਕ ਲਫ਼ਜ਼ ਵੀ ਅੱਜ ਤੱਕ ਮੇਰੇ ਖਿਲਾਫ਼ ਨਹੀਂ ਬੋਲਿਆ। ਉਹ ਬਹੁਤ ਵੱਡਾ ਦਿਲ ਸੀ ਉਹਨਾਂ ਦਾ, ਔਰ ਉਹਨਾਂ ਦੀਆਂ ਇੰਨੀਆਂ ਸਕੀਮਾਂ ਉਹਨਾਂ ਨੇ ਪੰਜਾਬ ਨੂੰ ਦਿੱਤੀਆਂ ਜਿਹੜੀਆਂ ਭੁਲਾਈਆਂ ਨਹੀਂ ਜਾ ਸਕਦੀਆਂ। ਮੇਰੇ ਯਾਦ ਹੈ ਜਦੋਂ ਵਿਰਾਸਤ ਏ ਖਾਲਸਾ ਬਣਾਈ 10 ਕਰੋੜ ਰੁਪਈਆ ਉਹਦੇ ਆਰਕੀਟੈਕਟ ਨੇ ਲਿਆ, ਮੈਨੂੰ ਪ੍ਰੋਫੈਸਰ ਮਨਜੀਤ ਸਿੰਘ ਉਹਦੇ ਕਰ ਸਕਦੇ ਜ਼ਿਆਦਾ, ਉਦੋਂ ਮੈਂ ਬਿਜਲੀ ਬੋਰਡ ਦਾ ਚੇਅਰਮੈਨ ਸੀ। ਸਾਨੂੰ ਬਾਹਰ ਭੇਜਿਆ ਸੀ ਬੈਂਚ ਉਹਨਾਂ ਤੋਂ, ਉਹਨਾਂ ਤੋਂ ਇਕੱਠੇ ਇਕੱਠੇ ਕਰਕੇ 2.5-3 ਲੱਖ ਡਾਲਰ ਇਕੱਠਾ ਕਰਕੇ ਅਸੀਂ ਉਹਨਾਂ ਨੂੰ ਦੇ ਕੇ ਬੜੇ ਖੁਸ਼ ਹੋਏ, ਕਹਿੰਦੇ ਚਲੋ ਕੁਛ ਤਾਂ ਪਾਲ ਰਿਹਾ।